ਪਾਇਰਮ ਸਤਿਕਾਰਯੋਗ ਸਾਧ ਸੰਗਤ ਜੀ ਸਾਰੇ ਹੀ ਰਸਨਾ ਪਵਿੱਤਰ ਕਰੀਏ ਤੇ ਆਖੀ ਧੰਸੇ ਸਤਿਗੁਰੂ ਪ੍ਰਤਾਪ ਸਿੰਘ ਜੀ ਧੰਸੇ ਸਤਿਗੁਰੂ ਜਗਜੀਤ ਸਿੰਘ ਜੀ ਧੰਸੇ ਸਤਿਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਸਿਰਲੇਖ ਹੈ ਹੋਏ ਕਿਰਪਾਲ ਮਾਤ ਪੀਤ ਨਿਆਈ ਬਾਰਕ ਜਿਉ ਪ੍ਰਤ ਪਾਰਿਆ ਪੂਰਨ ਸਤਿਗੁਰੂ ਆਪਰ ਮੀਸ਼ਰ ਹੁੰਦਾ ਹੈ ਹਰ ਵੇਲੇ ਹਰ ਥਾਂ ਤੇ ਉਸਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਸਿੱਖ ਦੀ ਮਦਦ ਕਰਨ ਵਾਸਤੇ ਉਹ ਕਿਧਰੋਂ ਬਾਹਰੋਂ ਨਹੀਂ ਆਉਂਦਾ ਉਹ ਜਿੱਥੇ ਮਰਜ਼ੀ ਪ੍ਰਗਟ ਹੋ ਕੇ ਦਰਸ਼ਨ ਦੇ ਸਕਦਾ ਹੈ ਇਸ ਸੰਬੰਧ ਵਿੱਚ ਸਰਗੁਰ ਪ੍ਰਤਾਪ ਸਿੰਘ ਜੀ ਦੀ ਇੱਕ ਅਲੌਕਿਕ ਕਥਾ ਹੈ ਸੰ ਚੰਨਣ ਸਿੰਘ ਜੀ ਜਿਹੜੇ ਪਹਿਲਾਂ ਪੁਲਿਸ ਵਿੱਚ ਕੰਮ ਕਰਦੇ ਸਨ ਅਤੇ ਫਿਰ ਪੈਣੀ ਸਾਹਿਬ ਪਾਰਕ ਪ੍ਰਬੰਧਕ ਸ਼ਾਖਾ ਵਿੱਚ ਸੇਵਾ ਕਰਦੇ ਰਹੇ ਸਨ ਉਸਨ 1955 ਦੀ ਇੱਕ ਵਾਰਤਾ ਇਸ ਤਰ੍ਹਾਂ ਦੱਸਦੇ ਹਨ ਸੰਤ ਚੰਨਣ ਸਿੰਘ ਜੀ ਦੇ ਸੌਰਸਾ ਹੈ ਸੰਤ ਪੂਰਨ ਸਿੰਘ ਜੀ ਉਸ ਸਮੇਂ ਮੰਡੀ ਹਿਮਾਚਲ ਵਿੱਚ ਰਹਾਂਦੇ ਸਨ ਉਹਨਾਂ ਦੇ ਗਲੇ ਦੀ ਇੱਕ ਫੋੜਾ ਹੋ ਗਿਆ ਹਾਲਤ ਇਹ ਹੋ ਗਈ ਕਿ ਉਹ ਜੋ ਵੀ ਛਕਦੇ ਸਨ ਉਸ ਫੋੜੇ ਰਾਹੀਂ ਬਾਹਰ ਆ ਜਾਂਦਾ ਸੀ ਬੜੀ ਖਰਾਬ ਹਾਲਤ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਇਸ ਹਾਲਤ ਵਿੱਚ ਇੱਕ ਰਾਤ ਸੰਤ ਪੂਰਨ ਸਿੰਘ ਜੀ ਆਪਣੇ ਮੰਜੇ ਤੇ ਸੁੱਤੇ ਹੋਏ ਸੀ ਦਰਵਾਜ਼ੇ ਸਾਰੇ ਬੰਦ ਸਨ ਉਸ ਵਕਤ ਘਟ ਘਟ ਵਾਸੀ ਅਨੰਤ ਕਲਾ ਦੇ ਮਾਲਕ ਬਾਡ ਪਰਤਾਪੀ ਸਾਗੂ ਪ੍ਰਤਾਪ ਸਿੰਘ ਜੀ ਨੇ ਉਹਨਾਂ ਦੇ ਕਮਰੇ ਵਿੱਚ ਪ੍ਰਤੱਖ ਦਰਸ਼ਨ ਦਿੱਤੇ ਸਾਗੂ ਪ੍ਰਤਾਪ ਸਿੰਘ ਜੀ ਦੇ ਸੀਸ ਤੇ ਖੱਦਰ ਦੀ ਦਸਤਾਰ ਸੀ ਸੰਪੂਰਨ ਸਿੰਘ ਜੀ ਤਾਂ ਦਰਸ਼ਨ ਕਰਕੇ ਮਿਹਾਲ ਹੋ ਗਏ ਇਹ ਤਾਂ ਇੱਕ ਅਲੌਕਿਕ ਦਰਸ਼ਨ ਸੀ ਉਹ ਦੀਨਾਂ ਦੇ ਢਿਆਲ ਸਦਾ ਅੰਗ ਸੰਗ ਰਹਿਣ ਵਾਲੇ ਸਤਗੁਰ ਜੀ ਸੰਪੂਰਨ ਸਿੰਘ ਜੀ ਦੇ ਸਹਰਾਣੇ ਬੈਠ ਗਏ। ਉਹਨਾਂ ਦੇ ਪਵਿੱਤਰ ਹਸਤ ਕਮਲ ਵਿੱਚ ਇੱਕ ਘੋੜਾ ਫੰਬਾ ਫੜਿਆ ਹੋਇਆ ਸੀ। ਸਤਗੁਰ ਜੀ ਨੇ ਉਹ ਫੰਬਾ ਉਹਨਾਂ ਦੇ ਫੋੜੇ ਤੇ ਲਗਾ ਦਿੱਤਾ ਅਤੇ ਆਪਣੀ ਦਸਤਾਰ ਨਾਲੋਂ ਪੱਟੀ ਪਾੜ ਕੇ ਉਸ ਫੋੜੇ ਉੱਤੇ ਬੰਨ੍ਹ ਦਿੱਤੀ ਤੇ ਬਚਨ ਕੀਤਾ ਕਿ ਹੁਣ ਤੁਸੀਂ ਠੀਕ ਹੋ ਜਾਓਗੇ। ਐਹੀ ਪੱਟੀ ਬੰਨੀ ਜਾਓ। ਸਾਧ ਸੰਗਤ ਜੀ ਧਿਆਨ ਮਗਨ ਹੋ ਕੇ ਜਰਾ ਉਸ ਸਮੇਂ ਦੀ ਅਲੌਕਿਕਤਾ ਬਾਰੇ ਸੋਚੋ। ਉਸ ਨੂੰ ਵਰਣਨ ਕਰਨਾ ਅਸੰਭਵ ਹੈ ਉਹ ਭਗਵਾਨ ਨਿਰਗੁਣ ਤੋਂ ਸਰਗੁਣ ਹੋ ਕੇ ਆਪਣੀ ਸਿੱਖ ਦਾ ਦੁੱਖ ਦੂਰ ਕਰਨ ਆ ਗਿਆ ਸੀ ਸਤਗੁਰੂ ਜੀ ਇਹ ਹੀ ਪੱਟੀ ਬੰਨੀ ਜਾਓ ਬਚਨ ਕਰਕੇ ਅਲੋਪ ਹੋ ਗਏ ਸਵੇਰੇ ਵੇਲੇ ਜਦੋਂ ਸੰਤ ਜੀ ਉੱਠੇ ਤਾਂ ਪੱਟੀ ਬੰਨੀ ਹੋਈ ਸੀ ਉਹਨਾਂ ਨੇ ਆਪ ਪੱਟੀ ਖੋਲੀ ਉਸ ਤੋਂ ਬਾਅਦ ਉਹ ਆਪ ਕਿਉਂ ਲਗਾਉਂਦੇ ਰਹੇ ਅਤੇ ਉਹ ਹੀ ਪੱਟੀ ਬੰਨ੍ਹਦੇ ਰਹੇ 2-3 ਦਿਨਾਂ ਵਿੱਚ वो बिल्कुल ठीक हो गए अनंत कला के मालक दीना देल वड प्रतापी सागो प्रताप सिंह जी के चरणों से कोटी कोटी नमस्कार है भगत ने बस में भगवान एक होर साखी है ना तू आवे बस बहुत किणावने ना तू आवे बस बेद पढ़ावने ना तू आवे वास तीरथ नहीए ना, ना तू आवे वास धरती है ना तू आवे वास कित सियाण पे ना तू आवे वास बोता दान दे सब दो तेरे वास अगम अगोचरा तू भगत के वास भगत तान तेरा <coughs> ओ अकाल पुरख सतगुरु कुल ब्रह्मंड मालिक अपने भगत दे वास हो जाता है एक योजना ਇੱਕ ਮਸਤਾਨੀ ਮਾਈ ਦੀਆਂ ਸਾਗੂ ਪ੍ਰਤਾਪ ਸਿੰਘ ਜੀ ਨਾਲ ਸੰਬੰਧਿਤ ਕੁਝ ਸਾਖੀਆਂ ਨੇ ਉਹ ਮਾਈ ਗੁજરા ਵਾਲੇ ਨੱਥਾ ਸਿੰਘ ਜੀ ਜਿਨ੍ਹਾਂ ਦਾ ਨਾਂ ਸਾਗੂ ਜਗਜੀਤ ਸਿੰਘ ਜੀ ਅਤੇ ਮਹਾਰਾਜ ਭੀਰ ਸਿੰਘ ਜੀ ਨੂੰ ਗੱਤਕਾ ਸਿਖਾਉਣ ਸਟਕਾ ਉਸਤਾਦ ਨੱਥਾ ਸਿੰਘ ਜੀ ਪੈ ਗਿਆ ਸੀ ਉਹਨਾਂ ਦੇ ਚੁਬਾਰੇ ਤੇ ਰਹਿੰਦੇ ਸੀ ਉਸ ਮਾਈ ਦਾ ਨਾਮ ਰੁਕਮਣੀ ਸੀ ਦੀਸਨ ਨੂੰ ਬੜੀ ਸਾਦੀ ਜਿਹੀ ਲੱਗਦੀ ਸੀ ਪਰ ਪਤਾ ਨਹੀਂ ਕਿਸ ਤਰ੍ਹਾਂ ਉਹਨੇ ਤੇ ਰਾਬ ਨੂੰ ਜਿਵੇਂ ਵਾਸੀ ਰੀਤੀ ਕੀਤਾ ਹੋਇਆ ਸੀ ਪਸਾਗੋ ਪ੍ਰਤਾਪ ਸਿੰਘ ਜੀ ਨੂੰ ਤੂੰ ਕਰਕੇ ਬੋਲਦੀ ਸੀ ਪਸਾਗੋ ਪ੍ਰਤਾਪ ਸਿੰਘ ਜੀ ਉਹਦੀ ਹਰ ਗੱਲ ਮੰਨਦੇ ਸਨ ਸਾਰਗੁਰ ਜਗਜੀਤ ਸਿੰਘ ਜੀ ਕਈ ਵਾਰੀ ਆਪੇ ਹੀ ਉਸਤਾਦ ਨੱਥਾ ਸਿੰਘ ਜੀ ਦੇ ਘਰ ਚਰਨ ਪਾਉਣ ਦੀ ਕਿਰਪਾ ਕਰਦੇ ਅਤੇ ਕਿੰਨਾ ਕਿੰਨਾ ਚੇਰ ਉਹਨਾਂ ਦੇ ਨਾਲ ਬਚਪਨ ਦੀਆਂ ਯਾਦਾਂ ਬਾਰੇ ਬਚਨ ਬिलास ਕਰਦੇ ਰਹਿੰਦੇ ਉਹ ਨੱਥਾ ਸਿੰਘ ਜੀ ਕੋਲੋਂ ਉਸ ਮਾਈ ਦੀਆਂ ਸਾਖੀਆਂ ਵੀ ਬੜੇ ਪਿਆਰ ਨਾਲ ਸੁਣਦੇ ਆਓ ਅਸੀਂ ਵੀ ਉਹਨਾਂ ਸਾਖੀਆਂ ਦਾ ਨੰਨ ਮਾਣੀਏ ਮਾਈ ਨੂੰ ਸਾਰੀਆਂ ਪਾਤਸ਼ਾਹੀਆਂ ਦੇ ਦਰਸ਼ਨ ਕਰਾਈ। ਇੱਕ ਵਾਰੀ ਉਹ ਮਾਈ ਸਾਗੂ ਪ੍ਰਤਾਪ ਸਿੰਘ ਜੀ ਦੇ ਆਉਣ ਵਾਲੇ ਰਸਤੇ ਵਿੱਚ ਰੇਲ ਦੇ फाटक ਕੋਲ ਹੀ ਖੜੀ ਹੋ ਗਈ। ਜਦੋਂ ਸਾਗੂ ਪ੍ਰਤਾਪ ਸਿੰਘ ਜੀ ਦੀ ਕਾਰ ਉੱਥੇ ਪਹੁੰਚੀ ਤਾਂ ਸਾਧਗੁਰ ਜੀ ਨੇ ਕਾਰ ਉੱਥੇ ਖਲਾਰ ਦਿੱਤੀ। ਉਸ ਮਾਈ ਉਹ ਮਾਈ ਕਹਿਣ ਲੱਗੀ ਕਿ ਕੱਲ੍ਹ ਨਾਲ ਹੀ ਟੁਰਿਆ ਫਿਰਦਾ ਹੈ ਮੈਨੂੰ ਸਾਰੀਆਂ ਪਾਤਸ਼ਾਹੀਆਂ ਦੇ ਦਰਸ਼ਨ ਕਰਾ। ਸਾਗੂ ਜੀ ਨੇ ਬਚਨ ਕੀਤਾ ਕਿ ਮੈਂ ਤੇ ਹਾਂ ਹੀ ਮੈਂ ਸਾਰੀਆਂ ਪਾਸ਼ਾਆਂ ਦੇ ਦਰਸ਼ਨ ਕਿੱਥੋਂ ਕਰਾਵਾਂ ਉਕਾਰ ਅੱਗੇ ਖਲੋ ਗਏ ਅਤੇ ਕਹਿਣ ਲੱਗੇ ਕਿ ਫੇਰ ਲੰਗ ਫੇਰ ਲੰਗਾ ਮੇਰੇ ਉੱਤੋਂ ਦੀਕਾਰ ਸਾਗੁਰ ਜੀ ਡਾਕੂਮੈਂਟ ਆਪਣੇ ਹਸ ਕਮਲਾ ਦੀ ਕਮਲ ਦੀਆਂ ਉਂਗਲਾਂ ਆਪਣੇ ਨੇਤਰਾਂ ਤੇ ਰੱਖ ਕੇ ਨੇਤਰਬੰਦ ਕਰਕੇ ਬੈਠ ਗਏ ਓ ਮਾਈ ਉੱਚੀ ਸਾਰੀ ਬੋਲੀ ਵੇਖਾ ਹੁਣ ਸਾਰੀਆਂ ਪਾਸ਼ਾਆਂ ਵਿੱਚ ਬੈਠਾ ਕਿੰਨਾ ਸੋਹਣਾ ਲੱਗਣਾ ਹੈ ਸਾਰੀਆਂ ਬਾਛਾਈਆਂ ਦੇ ਦਰਸ਼ਨ ਹੋ ਗਏ ਮਾਈ ਨੂੰ ਧੰਨ ਧਨ ਹਨ ਕਰਨ ਕਾਰਨ ਸਾਗੂ ਪ੍ਰਤਾਪ ਸਿੰਘ ਜੀ ਉਹਨਾਂ ਨੇ ਕਿਰਪਾ ਕਰਕੇ 2 ਮਿੰਟਾਂ ਵਿੱਚ ਹੀ ਮਾਈ ਨੂੰ ਸਾਰੀਆਂ ਬਾਛਾਈਆਂ ਦੇ ਦਰਸ਼ਨ ਕਰਾ ਦਿੱਤੇ ਪਰ ਉੱਤੇ ਹੋਰ ਕਿਸੇ ਨੂੰ ਦਰਸ਼ਨ ਨਹੀਂ ਸੀ ਹੋਏ ਧੰਨ ਸਾਧਗੁਰੂ ਤੇ ਧੰਨ ਸਾਧਗੁਰੂ ਜੀ ਦੇ ਸਿੱਖ ਆਓ ਸੀ ਵੀ ਉਸ ਕੋਤਕ ਹਾਰ ਸਮਰਾਟ ਸਾਧਗੁਰੂ ਜੀ ਦੇ ਚਰਨਾ ਤੇ ਸਿਰ ਚੁਕਾ ਲਏ ਕਾਂਸੀ ਸਾਧਗੁਰੂ ਪ੍ਰਤਾਪ ਸਿੰਘ ਜੀ